जो जा
Come
super sæk og masajke olie. बाबा कबीर जी का आज आरंभ होने वाला अगला शब्द मैं समझना साड़ी जिंदगी जीवन दे अहम फैसले नु लेके सामने आया है। शब्द कोई मेरी अपनी निजी चोन के है नहीं, लड़ीवार चल रहे है, पर इस बार का यह शब्द हो सकता है साड़ी जीवन की हिस्ट्री का एक खास महत्व रखने वाला होए, जे भला साड़े जीवन विच कोई इनकलाब आ जाए। क्यों? क्योंकि जीवन की चेंज इनकलाबी जिंदगी ताई बनती है जो असी सुनिए समझिए, जे उस अनुसार साडा जीवन परिवर्तन विच आ जाए। सुन रहे हैं लोग, आज साडे सामने सवाल है, कोई अचानक आया होया नहीं। श्री गुरु ग्रंथ साहिब की बाणी विचों है, बाबा कबीर जी की रचना तो है। जे अज वाला ये शब्द समझन तो बाद भी सुनन ते समझन तो बाद भी साडे मना विच कोई शंके रह जान, परम ते भुलेखे रह जान, ते मैं समझना फिर उसका कोई इलाज नहीं, कोई इलाज नहीं। और इन्नी स्पष्ट हो के बाबा कबीर जी ने फैसले दिते ने, और फैसले भी मैं समझदा अज दे हालात ते असर अंदाज होने वाले ने, जेड़ा कंफ्यूजन जेड़ी दुविधा जड़ी दुचित्ती अज सिख संसार विच पाई जा रही है, जिस दुविधा ने साडे करोड़ी हालात गाल दिते ने। दुविधा घर बहुत गाल दे गाल दिते ने, अज साडी कौमी पछाण ने रही, कौमी विचारधारा की एकता नहीं रही। एकता लफज अब सानू बहुत याद आ रहा है, हर पासों आवाज उठ रही है, पर कैडी अजीब गल है, हर पासों उठी हुई आवाज भी जीवन विच प्रैक्टिकल रूप नहीं ताकी कर रही है। क्यों? जो हर एक दे मन की चाहत हो, दो आदमी चार आदमी छह आदमी गलत हो सकते हैं, ते जे हर आदमी दे मन दी चाहत होवे ते फिर भी वो काम ना होवे, वो फैसला ना बने जिंदगी दा, तो सानू जरूर सोचना पड़ेगा। हुण अज वाला ये शब्द बाबा कबीर जी दा मैं चाहना, क्योंकि है ये भी अष्टपदी, इन्हू भी आप एक दिन विच नहीं विचार सकांगे, आज आरंभ हो रहा है, आज शुरुआत है इस शब्द की, इन्हू भी आप तीन चार वीकों विच कंप्लीट करांगे, इन्हू
ਲੜੀ ਵਾਂਗ ਲੜੀ ਜੋੜਦੇ ਚੱਲਿਓ। ਫਿਰ ਵੇਖਿਓ ਬਾਬਾ ਕਬੀਰ ਕੀ ਫੈਸਲਾ ਦੇ ਰਹੇ ਨੇ। ਮੇਰਾ ਫੈਸਲਾ ਦੱਸੋ, ਬਾਬਾ ਕਬੀਰ ਕੀ ਫੈਸਲਾ ਦੇ ਰਹੇ ਨੇ ਤੇ ਮੇਰਾ ਬਾਬਾ ਕਬੀਰ ਦਾ ਫੈਸਲਾ ਵੀ ਨਾ ਸਮਝਿਓ, ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਸਮਝਿਓ, ਕਿਉਂਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਗੱਲ ਆਖਣ ਦਾ ਹੱਕ ਬਾਬਾ ਕਬੀਰ ਨੂੰ ਗੁਰੂ ਨੇ ਦਿੱਤਾ। ਇਹਦਾ ਮਤਲਬ ਇਹ ਫੈਸਲਾ ਜਾਂ ਇਹ ਵਿਚਾਰਧਾਰਾ ਗੁਰੂ ਨੂੰ ਪ੍ਰਵਾਨ ਹੈ, ਤਾਂ ਹੀ ਦਿੱਤਾ ਨਾ। ਜਿਹੜੀ ਵਿਚਾਰਧਾਰਾ ਗੁਰੂ ਨੂੰ ਪ੍ਰਵਾਨ ਨਾ ਹੋਵੇ ਉਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਈ ਕਾਨਾ ਭਾਈ ਛੱਡੂ ਵਰਗੇ ਆਏ, ਕਿਸੇ ਨੂੰ ਟਿਕਾਣਾ ਨਹੀਂ ਮਿਲਿਆ। ਜੇ ਬਾਬਾ ਕਬੀਰ ਨੂੰ ਮਿਲਿਆ ਤਾਂ ਉਸ ਵਿਚਾਰਧਾਰਾ ਦੇ ਆਧਾਰ ਤੇ ਮਿਲਿਆ। ਹੁਣ ਦੇਖਣਾ ਅੱਜ ਇਹ ਸ਼ਬਦ ਆਰੰਭ ਹੈ ਬਾਬਾ ਕਬੀਰ ਸਿੰਘ, ਜਿਹਦੇ ਵਿੱਚ ਕੋਈ ਗੱਲ ਪੜਦੇ ਵਿੱਚ ਵੀ ਨਹੀਂ ਰੱਖੇ। ਇੱਕ ਆਉਂਦੀ ਗੱਲ ਬੋਲ ਬੋਲ ਕਰਕੇ ਦਬਾ ਕੇ ਕਹਿ ਜਾਣੀ, ਕਿਸੇ ਨੂੰ ਨਾਰਾਜ਼ ਵੀ ਨਾ ਕਰਨਾ, ਹਰ ਇੱਕ ਨੂੰ ਖੁਸ਼ ਰੱਖਣ ਦਾ ਖਿਆਲ ਹੋਵੇ, ਬਿਲਕੁਲ ਨਹੀਂ। ਸੱਚ ਕਹਿਣ ਲੱਗੇ ਆ, ਕਿਸੇ ਨੂੰ ਚੰਗਾ ਲੱਗੇ ਜਾਂ ਮਾੜਾ ਲੱਗੇ, ਸੱਚਾ ਮਨੁੱਖ ਜਿਹੜਾ ਉਹ ਕਦੀ ਇੱਧਰ ਧਿਆਨ ਨਹੀਂ ਦਿੰਦਾ। ਉਹ ਕਹਿੰਦਾ ਸੱਚ ਕਹਿਣਾ, ਕਿਸੇ ਨੂੰ ਚੰਗਾ ਲੱਗੇ ਜੇ ਮਾੜਾ ਲੱਗੇ, ਮਨ ਮਾਨੇ ਲੋਕ ਨਾ ਭਤੀਜੇ ਨਾ ਭਤੀਜੇ ਤੋਂ ਕਿਆ ਤੀਜੇ। ਹੁਣ ਬਾਬਾ ਕਬੀਰ ਨੇ ਅੱਜ ਦਾ ਜਿਹੜਾ ਸ਼ਬਦ ਆਰੰਭ ਹੈ ਉਹਦਾ ਰਹਾਉ ਦਾ ਫੈਸਲਾ ਇਹ ਹੈ, ਬਾਕੀ ਫੈਲਾਓ ਹੈ, ਰਹਾਉ ਦੀ ਧੁੱਪ ਹੈ। ਜੋ ਜਾਚੋ ਜਦੋਂ ਵੀ ਮੈਨੂੰ ਕਿਸੇ ਵਸਤੂ ਦੀ ਜੀਵਨ ਦੀ ਕਿਸੇ ਲੋੜ ਦੀ ਪੂਰਤੀ ਲਈ ਕਿਸੇ ਦਰ ਨਾਲ ਸੰਬੰਧ ਜੋੜਨਾ ਪਵੇ, ਕਿਸੇ ਦਾ ਮੰਗਤਾ ਬਣਨਾ ਪਵੇ, ਕਿਸੇ ਦਰ ਅੱਗੇ ਸਿਰ ਝੁਕਾਉਣਾ ਪਵੇ, ਤਾਂ ਬਾਬਾ ਕਬੀਰ ਕਹਿੰਦੇ ਨੇ ਕੇਵਲ ਪ੍ਰਭੂ ਅੱਗੇ ਬਸ। ਮੈਂ ਚਾਹਾਂਗਾ ਆਉਣ ਵਾਲੇ ਦਿਨਾਂ ਵਿੱਚ ਵੀ ਇਸ ਗੱਲ ਨੂੰ ਹੋਰ ਵੀ ਸਪਸ਼ਟ ਬਾਬਾ ਕਬੀਰ ਜੀ ਨੇ ਕਰਨਾ, ਅਸੀਂ ਨਾਲ ਨਾਲ ਸਮਝ ਲਈਏ। ਕੇਵਲ ਪ੍ਰਭੂ ਦਾ, ਕੇਵਲ ਆਪਣੇ ਰਾਮ ਦਾ ਦਰਬਾਰ ਦਰਵਾਜ਼ਾ ਹੀ ਐਸਾ ਦਿਸਦਾ ਜਿੱਥੇ ਮੇਰੀ ਹਰ ਲੋੜ ਪੂਰੀ ਹੁੰਦੀ। ਮੈਨੂੰ ਕਿਸੇ ਹੋਰ ਦੇਵੀ ਦੇਵਤੇ ਨਾਲ ਕੋਈ ਸੰਬੰਧ, ਕੋਈ ਸਰੋਕਾਰ, ਕੋਈ ਰਿਸ਼ਤਾ, ਕੋਈ ਵਾਕਫੀ ਬਿਲਕੁਲ ਨਹੀਂ, ਨਾਮ ਹੈ ਨਾ ਰੱਖਣਾ ਚਾਹੁੰਦਾ। ਹੁਣ ਦੇਖੋ ਇਹ ਫੈਸਲਾ ਮੇਰਾ ਨਹੀਂ, ਮੈਂ ਆਖਾਂ ਕਿ ਜੇ ਬਾਬਾ ਕਬੀਰ ਜੀ ਦਾ ਇਹ ਸੰਪੂਰਨ ਸ਼ਬਦ ਅਸੀਂ ਪੜ੍ਹ ਕੇ ਸਮਝ ਕੇ ਜੀਵਨ ਦਾ ਹਿੱਸਾ ਬਣਾ ਲਈਏ, ਆ ਵਿਚਿੱਤਰ ਨਾਟਕ ਤੇ ਇਹਨਾਂ ਚੀਜ਼ਾਂ 'ਤੇ ਝਗੜੇ ਹੀ ਨਾ ਰਹਿਣ, ਸਾਰਾ ਸੁਣ ਲਿਓ ਲਫ਼ਜ਼ ਨੇ। ਜੇ ਮੈਂ ਕੁਝ ਮੰਗਣਾ ਹੋਵੇ, ਜਾਚੋ ਦਾ ਭਾਵ ਜਾਚਕ ਬਣਨਾ, ਮੰਗਤਾ ਬਣਨਾ, ਲੋੜ ਪੂਰਤੀ ਲਈ ਕਿਸੇ ਦਰ ਤੇ ਝੁਕਣਾ, ਬਸ ਇੱਕ ਰੱਬ ਦਾ ਬਣਦਾ। ਬਾਬਾ ਕਬੀਰ ਜੀ ਦੇ ਇੱਕ ਹੋਰ ਸ਼ਬਦ ਪਿੱਛੇ ਆ ਚੁੱਕਾ ਹੈ, ਉਹਦੇ ਆਖਰੀ ਲਾਈਨ ਦੇ ਦੋ ਲਫ਼ਜ਼ ਸਨ ਜਿਹਦੇ ਵਿੱਚ ਬਾਬਾ ਕਬੀਰ ਬ੍ਰਾਹਮਣ ਨੂੰ ਇੱਕ ਉਲਾਂਭਾ ਦੇ ਰਹੇ ਨੇ ਤੇ ਕਹਿੰਦੇ ਨੇ ਤੂੰ ਰਾਜਿਆਂ ਦੇ ਦਰ ਦਾ ਮੰਗਦਾ ਹੈ, ਕਹਿਣ ਲੱਗੇ ਬ੍ਰਾਹਮਣ ਤੂੰ ਰਾਜਿਆਂ ਦੇ ਦਰ ਦਾ ਮੰਗਤਾ, ਤੂੰ ਸਮਝਣਾ ਰਾਜਿਆਂ ਦੇ ਦਰਬਾਰ ਵਿੱਚ
ਬੜੇ ਸੁੱਖ ਖਜ਼ਾਨੇ ਹੁੰਦੇ ਨੇ, ਅਹਲਕਾਰੀਆਂ ਹੁੰਦੀਆਂ ਨੇ, ਚੌਧਰਾਂ ਅਤੇ ਕੁਰਸੀਆਂ ਹੁੰਦੀਆਂ ਨੇ, ਉੱਥੋਂ ਮਿਲ ਜਾਣਗੀਆਂ। ਤੂੰ ਇਸ ਲਈ ਉਹਨਾਂ ਦੇ ਦਰ ਦਾ ਮੰਗਤਾ ਬਣਨਾ ਹੈ, ਪਰ ਮੈਂ ਵੀ ਮੰਗਤਾ ਪਰ ਕਿਸ ਦਾ? ਮੇਰਾ ਧਿਆਨ, ਮੇਰੀ ਨਿਗਾਹ ਕੇਵਲ ਆਪਣੇ ਮਾਲਕ, ਆਪਣੇ ਪ੍ਰਭੂ ਰੱਬ ਦੇ ਦਰਗਾਹ ਤੱਕ ਸੀਮਤ ਹੈ। ਮੇਰੀ ਨਿਗਾਹ ਇਸ ਤੋਂ ਅੱਗੇ ਨਹੀਂ ਜਾਂਦੀ। ਤੂੰ ਤਾਂ ਚਾਚੇ ਭੂਪਤ ਰਾਜੇ, ਤੂੰ ਬ੍ਰਾਹਮਣ, ਮੈਂ ਕਾਸ਼ੀ ਕਾ ਜੁਲਹਾ। ਦੇਖ ਤੂੰ ਬ੍ਰਾਹਮਣ ਤੇ ਬ੍ਰਾਹਮਣ ਦਾ ਅਰਥ ਤਾਂ ਬ੍ਰਹਮ ਨੂੰ ਜਾਣਨ ਵਾਲਾ, ਬ੍ਰਹਮ ਦੀ ਪਛਾਣ ਕਰਨ ਵਾਲਾ ਹੋਣਾ ਚਾਹੀਦਾ। ਉੱਥੇ ਆਪਣੇ ਆਪ ਨੂੰ ਵਿਦਵਾਨ ਅਖਵਾਉਂਦਾ, ਬ੍ਰਹਮ ਬੇਤਾ ਅਖਵਾਉਂਦਾ। ਕਹਿੰਦੇ ਨੇ ਫਰਕ ਕੀ ਹੈ, ਮੈਂ ਜੁੜਾ ਹਾਂ ਤੇਰਾ ਮੇਰਾ, ਦੁਨੀਆਂ ਦੀ ਨਿਗਾਹ ਵਿੱਚ ਤੇ ਫਰਕ ਹੈ। ਮੈਂ ਸੁਧਾਰਨ ਤਿਰਤੀ ਹਾਂ, ਮੈਨੂੰ ਬ੍ਰਹਮ ਦੇ ਸੰਬੰਧ ਵਿੱਚ ਹੋ ਸਕਦਾ ਵਾਕਫੀਅਤ ਨਾ ਹੋਵੇ, ਐਸਾ ਮੰਨਿਆ ਜਾ ਸਕਦਾ। ਪਰ ਤੂੰ ਤੇ ਬ੍ਰਹਮ ਨੂੰ ਜਾਣਨ ਵਾਲਾ, ਤੂੰ ਬ੍ਰਹਮਣ ਮੈਂ ਕਾਸ਼ੀ ਕਾ ਜੁਲਹਾ, ਬੁਝੋ ਮੋਰ ਗਿਆਨਾ। ਪਰ ਜਿਹੜਾ ਗਿਆਨ, ਜਿਹੜੀ ਸੋਝੀ ਮੈਨੂੰ ਗੁਰੂ ਨੇ ਬਖਸ਼ੀ ਹੈ, ਆ ਮੈਂ ਤੈਨੂੰ ਦੱਸਣਾ ਚਾਹੁੰਦਾ, ਬੁਝ ਲੈ, ਸਮਝ ਲੈ। ਤੂੰ ਬ੍ਰਹਮਣ ਮੈਂ ਕਾਸ਼ੀ ਕਾ ਜੁਲਹਾ, ਬੁਝੋ ਮੋਰ ਗਿਆਨਾ, ਤੁਮ ਤੋ ਜਾਚੇ ਭੂਪਤ ਰਾਜੇ, ਹਰਸੋ ਮੋਰ ਗਿਆਨਾ। ਲਾ ਫਰਕ ਹੁਣ ਬਿਲਕੁਲ ਬਾਇਨ ਇਸੇ ਗੱਲ ਨੂੰ ਬਾਬਾ ਕਬੀਰ ਜੀ ਨੇ ਇਸ ਅਸ਼ਟਪਦੀ ਵਿੱਚ ਆਰੰਭਿਆ ਇਸ ਸਬਜੈਕਟ ਨੂੰ। ਲੇਕਿਨ ਉੱਥੋਂ ਨਾਲੋਂ ਇਸ ਸ਼ਬਦ ਵਿੱਚ ਲਿਆ ਕਿ ਇੰਨਾ ਖਿਲਾਰਾ ਪਾ ਦਿੱਤਾ ਨੇ, ਇੰਨਾ ਓਪਨ ਕਰ ਦਿੱਤਾ ਨੇ ਕਿ ਕੋਈ ਪਹਿਲੂ ਐਸਾ ਨਾ ਬਚੇ ਜਿੱਥੇ ਰੱਬ ਦੀ ਦਰਗਾਹ ਦੇ ਤੇ ਮੇਰੇ ਦਰਮਿਆਨ ਵਿੱਚ ਕੋਈ ਪੜਦਾ ਰਹਿ ਜਾਏ। ਹੁਣ ਉਸ ਖਿਲਾਰੇ ਨੂੰ ਅਸੀਂ ਸਮਝਣਾ ਹੈ ਇਹਨਾਂ ਅੱਠ ਪਦਾਂ ਵਿੱਚ, ਜਿਹਦੇ ਪਹਿਲੇ ਪਦ ਨੇ ਜੋ ਜਾਚੋ ਨਾਹੀ ਕਾਮ। ਕੋਈ ਲਫ਼ਜ਼ ਛੁਪਾ ਕੇ ਤਾਂ ਨਹੀਂ, ਮੈਂ ਕੇਵਲ ਆਪਣੇ ਰੱਬ ਦੇ ਦਰ ਦਾ ਮੰਗਤਾ, ਕਿਸੇ ਹੋਰ ਦੇਵੀ ਦੇਵਤੇ ਨਾਲ ਮੇਰਾ ਕੋਈ ਸੰਬੰਧ ਨਹੀਂ। ਮੈਂ ਇਸ ਵੀ ਲਫ਼ਜ਼ ਕਹਿਣਾ ਵੀ ਹੁਣ ਮੇਰੇ ਕਹਿਣ ਦੀ ਲੋੜ ਨਹੀਂ, ਜ਼ਰਾ ਸ਼ਬਦ ਹੀ ਸਮਝ ਰਹੇ ਹੋ। ਜੇ ਬਾਬਾ ਕਬੀਰ ਦਾ ਫੈਸਲਾ ਸਹੀ ਸਮਝ ਰਹੀ ਹੈ ਤਾਂ ਸਾਡੀ ਅਰਦਾਸ ਭਗਵਤੀ ਅੱਗੇ ਰਹਿ ਜਾ, ਦੁਰਗਾ ਅੱਗੇ ਰਹਿ ਜਾ। ਬੜੇ ਸਪਸ਼ਟ ਹੋ ਗਏ, ਆਣ ਦੇਵ ਸਿਓ ਨਾਹੀ ਕਾਮ, ਕਿਸੇ ਹੋਰ ਦੇਵੀ ਦੇਵਤੇ ਨਾਲ ਮੇਰਾ ਕੋਈ ਸੰਬੰਧ ਨਹੀਂ। ਮੈਂ ਕਿਸੇ ਕੋਲ ਕੁਝ ਨਹੀਂ ਮੰਗਦਾ, ਮੇਰਾ ਕੋਈ ਸਰੋਕਾਰ ਨਹੀਂ। ਆਣ ਦੇਵ ਸਿਓ ਨਾਹੀ ਕਾਮ, ਲੱਗੇ ਮੈਂ ਆਪਣੇ ਰੱਬ ਦਾ ਘਰ ਕਿਉਂ ਚੁਣਿਆ, ਲਓ ਇੱਥੇ ਰੁਕੋ। ਹੁਣ ਇਹ ਤਾਂ ਸੀ ਰਹਾ ਉਹਦੀ ਦੁੱਖ, ਹੁਣ ਇਹਦੇ ਦੁਆਲੇ ਸਪਸ਼ਟਤਾ ਕਰਦੇ ਨੇ। ਕਹਿੰਦੇ ਮੈਂ ਆਪਣੇ ਰੱਬ ਦਾ ਦਰ ਕਿਉਂ ਚੁਣਿਆ, ਮੈਂ ਬਾਕੀ ਦਰਾਂ ਨੂੰ ਕਿਉਂ ਛੱਡਿਆ। ਹੁਣ ਜਵਾਬ ਦਿੰਦੇ ਨੇ, ਕਹਿੰਦੇ ਨੇ ਜਿਹੜੇ ਦੇਵੀ ਦੇਵਤਿਆਂ ਦੀ ਪੂਜਾ ਕਰਨ ਵਾਲੇ ਨੇ ਨਾ, ਉਹਦੇ ਵਿੱਚ ਉਹ ਸੂਰਜ ਨੂੰ ਵੀ ਦੇਵਤਾ ਆਖ ਕੇ ਪੂਜਾ ਕਰਦੇ ਨੇ। ਸੂਰਜ ਨੂੰ ਪਾਣੀ ਦੇਣਾ, ਸੂਰਜ ਦੀ ਚਾਲ ਨਾਲ ਆਪਣੇ ਜੀਵਨ ਨੂੰ ਨਿਸ਼ਚਿਤ ਕਰਨਾ, ਦਿਨ ਦਿਹਾੜ ਨਿਸ਼ਚਿਤ ਕਰਨਾ, ਸੌਣ ਬਹਿਣ ਨਿਸ਼ਚਿਤ ਕਰਨਾ,
ਸੂਰਜ ਉਹਨਾਂ ਲਈ ਦੇਵਤਾ। ਪਰ ਕਹਿੰਦੇ ਨੇ ਮੈਂ ਜਦੋਂ ਆਪਣੇ ਰੱਬ ਦਾ ਘਰ ਵੇਖਣਾ, ਮੇਰੇ ਗੁਰੂ ਨਾਨਕ ਨੇ ਗੱਲ ਆਖੀ ਨਾ, ਪਤਾਲੋ ਪਤਾਲ ਲੱਖ ਆਗਾਸਾਂ ਆਗਾਸ, ਪਤਾਲ ਵੀ ਕਈ ਨੇ ਲੱਖਾਂ ਨੇ ਆਕਾਸ਼ ਵੀ ਲੱਖਾਂ ਨੇ। ਹੁਣ ਕੋਈ ਆਕਾਸ਼ ਐਸਾ ਹੋ ਸਕਦਾ ਜਿਹੜਾ ਸੂਰਜ ਜਿੱਥੇ ਕਦੀ ਚੜਿਆ ਹੀ ਨਾ, ਜਿੱਥੇ ਸੂਰਜ ਦਾ ਕੋਈ ਸੰਬੰਧ ਵੀ ਨਾ ਹੋ। ਜੇ ਲੱਖਾਂ ਆਕਾਸ਼ ਨੇ ਤਾਂ ਉੱਥੇ ਸੂਰਜ ਵੀ ਹੋਣਗੇ। ਜੇ ਲੱਖਾਂ ਆਕਾਸ਼ ਨੇ ਉਹਨਾਂ ਆਕਾਸ਼ਾਂ ਵਿੱਚ ਚੰਦਰਮਾ ਵੀ ਹੋਣਗੇ। ਉਹਨਾਂ ਆਕਾਸ਼ਾਂ ਦੇ ਅੰਦਰ ਵਸਣ ਵਾਲੇ, ਟਿਕਣ ਵਾਲੇ, ਦਿਸਣ ਵਾਲੇ ਚੰਦਰਮਾ ਤੇ ਸੂਰਜ ਜਿਹੜੇ ਨੇ, ਉੱਥੇ ਜਿਹੜੇ ਤਾਰੇ ਨੇ, ਉਹਨਾਂ ਦੀ ਗਿਣਤੀ ਪਤਾ ਨਹੀਂ ਕਿੰਨੀ ਹੋ ਜਾਏ ਜੇ ਸਾਡੇ ਕੋਲੋਂ ਨਾ ਹੋ ਸਕੇ। ਬਾਬਾ ਕਬੀਰ ਕਹਿੰਦੇ ਨੇ ਮੈਂ ਕੀ ਦੇਖਣਾ, ਮੈਂ ਆਪਣੇ ਰਾਮ ਦਾ ਦਰ ਕਿਉਂ ਚੁਣਿਆ, ਕਿਉਂਕਿ ਮੈਂ ਦੇਖਿਆ ਉਸ ਦਰ ਤੇ ਜਦੋਂ ਗਿਆ ਉੱਥੇ ਇੱਕ ਸੂਰਜ ਦੀ ਕੀ ਪੂਜਾ ਕਰਾਂ, ਉੱਥੇ ਤੇ ਲੱਖਾਂ ਕਰੋੜਾਂ ਸੂਰਜ ਮੇਰੇ ਮਾਲਕ ਦੇ ਦਰ ਤੇ ਆਪਣੇ ਦੀਵੇ ਆਪਣੀਆਂ ਰੋਸ਼ਨੀਆਂ ਲੈ ਕੇ ਖਲੋਤੇ ਨੇ, ਦਰ ਤੇ ਖਲੋਤੇ ਨੇ। ਗੁਰੂ ਕਹਿੰਦੇ ਜਿਹੜਾ ਦੇਵਤਿਆਂ ਵਿੱਚੋਂ ਸਭ ਤੋਂ ਬਲਵਾਨ ਮੰਨਿਆ ਜਾਂਦਾ ਹੈ, ਸ਼ਿਵਾ ਦੀ ਪੂਜਾ ਸਭ ਤੋਂ ਜ਼ਿਆਦਾ ਹੁੰਦੀ ਹੈ। ਮੈਂ ਹੈਰਾਨ ਹੁੰਦਾ ਅਸੀਂ ਆਪਣੇ ਆਪ ਵਿੱਚ ਕਿਉਂ ਮਜ਼ਬੂਤ ਨਹੀਂ। ਅੱਜ ਕਿਸੇ ਨੂੰ ਇਹ ਜ਼ਰੂਰਤ ਪੈ ਜਾਏ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਨਾਮ ਵਰਤ ਕੇ, ਫੋਟੋ ਤਾਂ ਅਸੀਂ ਮੰਨਦੇ ਹੀ ਨਹੀਂ ਗੁਰੂ ਦਸਮ ਪਾਤਸ਼ਾਹ ਜੀ ਦੇ, ਨਾਮ ਤਾਂ ਵਰਤਿਆ ਜਾਂਦਾ ਹੈ। ਇੱਕ ਜਲ ਮਨੋਕਲਪਤ ਗੁਰੂ ਦਸਮ ਪਾਤਸ਼ਾਹ ਜੀ ਦੇ ਕਹੇ ਜਾਂਦੇ ਉਸ ਇਤਿਹਾਸਕ ਬਾਣੀ ਨੂੰ ਉਸ ਰੂਪ ਵਿੱਚ ਵਰਤ ਕੇ ਥੱਲੇ ਗੁਰੂ ਗੋਬਿੰਦ ਸਿੰਘ ਸਾਹਿਬ ਲਿਖ ਕੇ ਅਤੇ ਉਹਨੂੰ ਸ਼ਿਵਲਿੰਗ ਦੀ ਪੂਜਾ ਕਰਦਿਆਂ ਦਿਖਾ ਦਿੱਤਾ ਜਾਏ ਤਾਂ ਇਹਦਾ ਮਤਲਬ ਗੁਰੂ ਸ਼ਿਵਲਿੰਗ ਦੀ ਪੂਜਾ ਕਰਦੇ ਨੇ। ਕੁਝ ਦਿਨ ਹੋਏ ਮੈਂ ਤੁਹਾਨੂੰ ਨਾਲ, ਕਿਉਂਕਿ ਸ਼ਬਦ ਦਾ ਪ੍ਰਕਰਮ ਹੀ ਐਸਾ ਚੱਲ ਪਿਆ ਲਗਾਤਾਰ ਆਪਾਂ ਨੂੰ, ਸਾਡਾ ਹੋ ਸਕਦਾ ਭੁਲੇਖਾ ਹੀ ਦੂਰ ਹੋ ਜਾਏ ਇਸ ਵਿੱਚ। ਇੱਥੇ ਬਸ ਨਹੀਂ, ਕੁਝ ਦਿਨ ਹੋਏ ਕਿਸੇ ਹਿੰਦੂ ਵੀਰ ਨੇ ਇਹ ਗੱਲ ਬੜੇ ਆਸਾਨੀ ਨਾਲ ਲਿਖੀ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਭਗਵਾਨ ਸ਼ਿਵ ਦੇ ਪੁਜਾਰੀ ਸਨ। ਤੇ ਲਿਖੀ ਕਿਉਂ? ਕਿਉਂਕਿ ਉਹਨੇ ਨਾਲ ਥੱਲੇ ਇੱਕ ਉਦਾਹਰਣ ਸ਼ਬਦ ਵਾਂਗੂ ਦਿੱਤੀ। ਜਦੋਂ ਅਸੀਂ ਇਸ ਕਵਿਤਾ ਨੂੰ ਪੜ੍ਹਾਂਗੇ, ਜਦੋਂ ਇਸ ਕਿਤਾਬ ਰਚਨਾ ਨੂੰ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਨਾਲ ਜੋੜਾਂਗੇ, ਫਿਰ ਤਾਂ ਕਿਸੇ ਨੂੰ ਅਧਿਕਾਰ ਹੈ, ਫਿਰ ਤਾਂ ਕਿਸੇ ਦੀ ਮਰਜ਼ੀ ਹੈ, ਕਹਿ ਸਕਦਾ ਕਿ ਸ਼ਿਵਾ ਦੇ ਪੁਜਾਰੀ ਸਨ। ਪਰ ਹੁਣ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ, ਉਸ ਲਿਖਾਰੀ ਦਾ ਫੈਸਲਾ ਸ਼ਿਵਾ ਦੇ ਪੁਜਾਰੀ ਸਨ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਫੈਸਲਾ ਕਹਿੰਦਾ ਮੈਂ ਐਸੇ ਮਾਲਕ ਦੇ ਦਰ ਦਾ ਪੁਜਾਰੀ ਹਾਂ, ਐਸੇ ਮਾਲਕ ਦੇ ਦਰ ਦਾ ਮੰਗਤਾ, ਮੈਂ ਜਿੱਥੇ ਦੇਖਣਾ ਇੱਕ ਨਹੀਂ ਦੋ ਨਹੀਂ ਕਰੋੜਾਂ ਸ਼ਿਵ ਜੀ ਉਹਦੇ ਦਰ ਤੇ ਬੈਠੇ ਨੇ ਤੇ ਕਰੋੜਾਂ ਹੀ ਕੈਲਾਸ਼ ਪਰਬਤ ਵੀ ਉੱਥੇ ਹੀ ਨੇ, ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਲਾਈਨ ਹੈ, ਬਾਬਾ ਕਬੀਰ ਦਾ ਫੈਸਲਾ ਹੈ। ਕਹਿੰਦੇ ਨੇ ਦੁਰਗਾ ਕੋਟ ਹੈ ਤਾਂ ਦੁਰਗਾ ਦਾ ਪੁਜਾਰੀ ਹੋਇਆ ਬੈਠਾ ਹੈ, ਭਗਵਤੀ ਦੀ ਜਿਹੜੀ ਵਾਰ ਹੈ ਉਹਦੇ ਉੱਪਰ ਲਿਖਿਆ ਹੋਇਆ ਹੈ ਵਾਰ ਦੁਰਗਾ ਜੀ ਦੀ, ਪੜ੍ਹ ਲਿਓ। ਅਸੀਂ ਆਖ ਰਹੇ ਹਾਂ ਦੁਰਗਾ ਜੀ ਦੀ ਵਾਰ, ਤੇ ਇਹ ਲਫ਼ਜ਼ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਹੇਠ ਮੂੰਹ ਵਿੱਚ ਪਾਏ ਗਏ ਨੇ ਕਿ
ਦੁਰਗਾ ਪਾਠ ਬਣਾਇਆ ਸਭੇ ਪੌੜੀਆਂ, ਇਹ ਸਾਰੀਆਂ ਪੌੜੀਆਂ ਦੁਰਗਾ ਦਾ ਪਾਠ ਦੁਰਗਾ ਦੀ ਸਿਫਤ ਵਿੱਚ ਮੈਂ ਬਣਾਇਆ ਤੇ ਫੇਰ ਨਾ ਜੋਨੀ ਆਇਆ ਜਿਹਨੇ ਇਹ ਗਾਇਆ ਉਹਦਾ ਜਨਮ ਮਰਨ ਰਹਿਤ ਹੋ ਜਾਏਗਾ ਜਿਹੜਾ ਇਹ ਦੁਰਗਾ ਦੀ ਸਿਫਤ ਗਾਏਗਾ। ਇਹ ਲਫ਼ਜ਼ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਮ ਨਾਲ ਜੋੜੇ ਗਏ, ਪੜ੍ਹ ਸਕਦੇ ਹੋ। ਔਰ ਉਸੇ ਪ੍ਰਥਮ ਭਗਤੀ ਵਾਲੀ ਜਿਹੜੀ ਵਾਰ ਹੈ ਉਹਦੀ ਉਹਦੇ ਹੀ ਆਖਰੀ ਲਫ਼ਜ਼ ਨੇ, ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਚੋਣੀ ਆਇਆ ਜਿਹਨੇ ਇਹ ਗਾਇਆ। ਪਰ ਕਿੱਡੀ ਅਜੀਬ ਗੱਲ, ਉਹੋ ਹੀ ਗੱਲ ਬਾਬਾ ਕਬੀਰ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਬੈਠੇ ਕਹਿ ਰਹੇ ਨੇ। ਉਹ ਕਹਿੰਦੇ ਨੇ ਮੈਂ ਜਦੋਂ ਜਿਸ ਮਾਲਕ ਦਾ ਮੈਂ ਮੰਗਤਾ ਨਾ, ਜਦੋਂ ਮੈਂ ਉਹਦੇ ਦਰ ਤੇ ਪੁੱਜਿਆ ਕੀ ਵੇਖਿਆ, ਕਰੋੜਾਂ ਹੀ ਦੁਰਗਾ ਦੇਵੀਆਂ ਉਹਦੇ ਦਰ ਤੇ ਬੈਠੀਆਂ, ਉਹਦੇ ਚਰਨ ਚੱਸ ਰਹੀਆਂ ਨੇ। ਐਸਾ ਬਾਬਾ ਕਬੀਰ ਜੀ ਨੇ ਕਹਿੰਦੇ ਨੇ ਝਾੜੂ ਫੇਰਨ ਵਾਲੀ ਉਹੋ ਹੀ ਦੇਵੀ ਹੈ ਜਿਹਦੇ ਗੀਤ ਗਾਉਂਦਾ ਮੈਂ ਦੇਵੀ ਦੇ ਚਾਲੇ ਜਾਣਾ। ਉਹ ਮੁੜ ਕੇ ਨਿਕਲਿਆ ਨਹੀਂ ਗਿਆ। ਕਿੱਡੀ ਅਜੀਬ ਗੱਲ ਹੈ, 500 ਵਰ੍ਹਾ ਬੀਤ ਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਬੈਠਾ ਬਾਬਾ ਕਬੀਰ ਸਾਨੂੰ ਇਹ ਗੱਲ ਸਮਝਾ ਰਿਹਾ ਕਿ ਦੁਰਗਾ ਕੋਟ ਜਾ ਕੇ ਮਰਦਨ ਕਰੇ, ਅਸੀਂ ਅਜੇ ਤੱਕ ਦੇਵੀ ਦੀ ਪੂਜਾ ਨਹੀਂ ਛੱਡੀ। ਹੈ ਸਿੱਖ ਅਸੀਂ ਗੁਰੂ ਅੰਗਦ ਸਾਹਿਬ ਦੇ, ਸਿੱਖ ਅਸੀਂ ਗੁਰੂ ਨਾਨਕ ਦੇ ਹਾਂ, ਅਜੇ ਤੱਕ ਅਸੀਂ ਦੁਰਗਾ ਦੀ ਪੂਜਾ ਨਹੀਂ ਛੱਡੀ ਤੇ ਬਾਬਾ ਕਬੀਰ ਇਹ ਗੱਲ ਆਖ ਰਹੇ ਨੇ। ਨਿਸ਼ਚਿਤ ਕਰਕੇ ਇੱਕ ਇੱਕ ਦੇਵਤੇ ਦੀ ਕੋਲੋਂ ਇੱਕ ਇੱਕ ਡਿਊਟੀ ਦੀ ਨਾਂ ਲੈਂਦੇ ਨੇ, ਕਹਿੰਦੇ ਨੇ ਇੱਕ ਨਹੀਂ ਦੋ ਨਹੀਂ ਕਰੋੜਾਂ ਬ੍ਰਹਮਾ ਮੈਂ ਵੇਖਣਾ ਮੇਰੇ ਮਾਲਕ ਦੇ ਦਰ ਤੇ ਖੁਦ ਖਲੋਤੇ। ਵੇਦਾਂ ਦਾ ਉਚਾਰਨ ਬ੍ਰਹਮ ਅਕਾਲ ਪੁਰਖ ਦੀਆਂ ਸਿਫਤਾਂ ਦਾ ਉਚਾਰਨ ਕਰ ਰਹੇ ਨੇ। ਹੁਣ ਦੱਸੋ ਵੀ ਮੈਂ ਬ੍ਰਹਮਾ ਦੀ ਉਪਾਸ਼ਨਾ ਕਰਾਂ, ਮੈਂ ਦੁਰਗਾ ਦੀ ਉਪਾਸ਼ਨਾ ਕਰਾਂ, ਮੈਂ ਮਹਾਦੇਵ ਦੀ ਉਪਾਸ਼ਨਾ ਕਰਾਂ, ਮੈਂ ਸੂਰਜ ਦੀ ਨੂੰ ਪਾਣੀ ਦਿਆਂ, ਇਹ ਉਪਾਸ਼ਨਾ ਕਰਾਂ ਕਿ ਇੱਕ ਮਾਲਕ ਨਾਲ ਜੁੜ ਜਾ। ਲੋ ਫੈਸਲਾ ਬਾਬਾ ਕਬੀਰ ਜੀ ਦਾ ਰਾਹੋਂ ਦੀ ਧੁੱਪ ਵਿੱਚ ਹੈ। ਕਹਿੰਦੇ ਨੇ ਕਿਉਂਕਿ ਮੈਂ ਇਹ ਸਭ ਕੁਝ ਅੱਖਾਂ ਨਾਲ ਦੇਖ ਰਿਹਾ ਕਿ ਦੁਰਗਾ ਉਹਦੇ ਦਰਬਾਰ ਵਿੱਚ ਚਰਨ ਚੱਸ ਰਹੀ ਹੈ, ਮੈਂ ਅੱਖਾਂ ਨਾਲ ਦੇਖ ਰਿਹਾ ਕਿ ਅਨੇਕਾਂ ਕਰੋੜਾਂ ਦੀ ਤਾਦਾਦ ਵਿੱਚ ਕੈਲਾਸ਼ ਪਰਬਤ ਤੇ ਵਸਣ ਵਾਲੇ ਸ਼ਿਵ ਜੀ ਉਸਦੇ ਦਰ ਦਰ ਦੇ, ਮਹਾਦੇਵ ਉਸਦੇ ਦਰ ਦੇ ਮੰਗਦੇ ਨੇ। ਮੈਨੂੰ ਆਹ ਸਾਹਮਣੇ ਅੱਖੀਂ ਦਿਸ ਪਿਆ ਕਿ ਇੱਕ ਨਹੀਂ ਕਰੋੜਾਂ ਬ੍ਰਹਮਾ ਬੈਠੇ ਉਸਦੀਆਂ ਸਿਫਤ ਸਲਾਹਾਂ ਦੇ ਵੇਦ ਉਚਾਰਨ ਕਰ ਰਹੇ ਨੇ। ਬਸ ਮੈਨੂੰ ਯਕੀਨ ਹੋ ਗਿਆ, ਇਸ ਲਈ ਮੈਂ ਦੇਵੀ ਦੇਵਤਿਆਂ ਦੀ ਪੂਜਾ ਛੱਡ ਕੇ ਉਸ ਰਾਮ ਤੋਂ ਬਿਨਾਂ ਹੋਰ ਕਿਸੇ ਦਰ ਦਾ ਮੰਗਤਾ ਨਹੀਂ ਬਣਦਾ। ਬਾਬਾ ਕਬੀਰ ਅਗਲੀ ਤੁਕ ਰਹਾਉ ਦੀ ਤੁਕ ਅੰਦਰ ਫੈਸਲਾ ਦਿੰਦੇ ਨੇ, ਕਹਿੰਦੇ ਨੇ ਜੋ ਜਰਾ ਚੋ ਜੋ ਜਰਾ ਚੋ ਜੋ ਜਾ
ਹੋਵੇ ਵੀ ਦੇਖਤੇ ਨਾਲ ਤਾਨ ਦੇ ਸਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਤੇ ਤਾਂ ਵਿਸ਼ਵਾਸ ਕਰਨਾ ਹੀ ਪਏਗਾ ਕਿ ਗੁਰੂ ਤਾਂ ਆਖ ਰਿਹਾ ਹੋਵੇ ਆਣ ਦੇਵ ਸਿਓ ਨਾ ਹੀ ਕਾਮ, ਮੇਰਾ ਹੋਰ ਕਿਸੇ ਦੇਵੀ ਦੇਵਤੇ ਨਾਲ ਕੋਈ ਸਰੋਕਾਰ ਨਹੀਂ, ਸਭ ਇਸੇ ਮਾਲਕ ਦੇ ਦਰ ਦੇ ਮੰਗਤੇ ਨੇ, ਮੈਂ ਕੇਵਲ ਆਪਣੇ ਰਾਮ ਦਾ ਉਪਾਸ਼ਕ ਹਾਂ। ਪਰ ਅਸੀਂ ਆਖੀਏ ਨਹੀਂ, ਗੁਰੂ ਤਾਂ ਇਹ ਕਹਿ ਰਿਹਾ ਤੈ ਹਮਰ ਤਪੱਸਿਆ ਸਾਧੀ ਮਹਾਂਕਾਲ ਕਾਲ ਕਾ ਆਰਾਧੀ। ਮੈਂ ਕੀਤੀ ਸੀ ਆ, ਮੇਰੇ ਕੋਲ ਦੋਨੋਂ ਹੀ ਨਾਲ ਨਾਲ ਦੇ ਮੈਗਜ਼ੀਨ ਪੈ ਨੇ ਹਜ਼ੂਰ ਸਾਹਿਬ ਦੇ, ਦੋਨੋਂ ਇੱਥੇ ਪੈ ਨੇ ਦਿਖਾ ਸਕਣਾ। ਅੱਜ ਤੋਂ 10 ਸਾਲ ਪਹਿਲਾਂ ਦੇ ਮੈਗਜ਼ੀਨ ਵਿੱਚ ਮਹਾਂਕਾਲ ਦਾ ਗੁਰਦੁਆਰਾ ਕੋਈ ਨਹੀਂ, ਲਿਸਟ ਪੜ੍ਹ ਲਵੋ ਮੈਂ ਦਿਖਾ ਸਕਣਾ। ਉਹਦੇ ਵਿੱਚ ਮਹਾਂਕਾਲ ਨਾਮ ਦਾ ਕੋਈ ਗੁਰਦੁਆਰਾ ਨਹੀਂ। 5 ਸਾਲ ਪਹਿਲਾਂ ਮਾਂ 4 ਸਾਲ ਪਹਿਲਾਂ ਮਹਾਂਕਾਲ ਦਾ ਗੁਰਦੁਆਰਾ ਬਣ ਗਿਆ, 4 ਸਾਲ ਪਹਿਲਾਂ। ਹੁਣ ਪਰਸੋਂ ਇੰਟਰਵਿਊ ਚੱਲ ਰਹੀ ਸੀ ਇੰਗਲੈਂਡ ਤੋਂ ਕਿਸੇ ਵੀਰ ਦੀ, ਉਹਨੇ ਸਪਸ਼ਟ ਕੀਤਾ ਕਿ ਇੱਥੇ ਹੁਣ ਇੰਗਲੈਂਡ ਵਿੱਚ ਉਹਨਾਂ ਸਟੂਡੀਓ ਬਣਾਇਆ ਜਿੱਥੇ ਦੇਵੀ ਦੇਵਤਿਆਂ ਦੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਵੈਸੇ ਉਸ ਵਿਚਿੱਤਰ ਨਾਟਕ ਦੇ ਨਾਮ ਥੱਲੇ ਦੇਵੀ ਦੇਵਤਿਆਂ ਦੀ ਪੂਜਾ ਦਾ ਸਾਧਨ ਦਿਖਾਇਆ ਜਾ ਰਿਹਾ। ਉਸ ਜਿੱਥੇ ਫਿਲਮਾਇਆ ਜਾਂਦਾ ਹੈ, ਜਿੱਥੇ ਉਹ ਟੇਪਾਂ ਬਣਦੀਆਂ ਨੇ, ਉਸ ਸਟੂਡੀਓ ਦਾ ਨਾਮ ਵੀ ਮਹਾਂਕਾਲ ਸਟੂਡੀਓ ਰੱਖ ਕੇ ਸ਼ੁਰੂ ਕੀਤਾ ਗਿਆ, ਇੰਗਲੈਂਡ ਬਣ ਗਿਆ। ਭਲੇ ਹੋ, ਅਸੀਂ ਆਪਣੇ ਜੀਵਨ ਨੂੰ ਸੁਰੱਖਿਅਤ ਕਰਨ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਓਟ ਵੀ ਨਹੀਂ ਲੈ ਸਕਦੇ। ਕਿਸੇ ਮਨੁੱਖ ਦੀ ਓਟ ਨਾ ਲਓ, ਉਹ ਗਲਤ ਹੋ ਸਕਦਾ ਹੈ, ਕਿਸੇ ਦਾ ਕੋਈ ਧੜਾ ਵੀ ਹੋ ਸਕਦਾ ਹੈ, ਕਿਸੇ ਦੀ ਕੋਈ ਆਪਣੀ ਸੋਚ ਵੀ ਹੋ ਸਕਦੀ ਹੈ, ਉਹ ਸੋਚ ਗਲਤ ਵੀ ਹੋ ਸਕਦੀ ਹੈ। ਪਰ ਜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨੂੰ ਵੀ ਅਸੀਂ ਨਹੀਂ ਪ੍ਰਵਾਨ ਕਰਾਂਗੇ ਤਾਂ ਫਿਰ ਆਪਣਾ ਜੀਵਨ ਸੁਰੱਖਿਅਤ ਕਿਵੇਂ ਸਮਝਾਂਗੇ? ਫਿਰ ਤਾਂ ਜਿਵੇਂ ਸਤਿਗੁਰੂ ਨੇ ਬਾਣੀ ਵਿੱਚ ਆਖਿਆ, ਨਾ ਦੁਨੀਆ ਹੁਸ਼ਿਆਰ ਬੇਦਾਰ ਜਾਗਤ ਮੁਸੀਬਤ ਹੋ ਰਹੇ ਭਾਈ, ਜਾਗਦੇ ਹੀ ਲੁੱਟੇ ਜਾ ਰਹੇ ਹੋ। ਅੱਗੇ ਆਖਿਆ ਨੇ ਨਿਗਮ ਹੁਸ਼ਿਆਰ ਪਹੁਰੂਆ ਦੇਖਤ ਜਮ ਲੈ ਜਾਈ, ਹੁਸ਼ਿਆਰ ਪਹਿਰੇਦਾਰ। ਅਕਾਲ ਪੁਰਖ ਦੀ ਬਾਣੀ ਸਾਡੇ ਕੋਲ ਹੋਵੇ ਤੇ ਇਹਦੇ ਦੇਖਦਿਆਂ ਦੇਖਦਿਆਂ ਅਸੀਂ ਲੁੱਟੇ ਜਾਈਏ, ਇਹਦਾ ਮਤਲਬ ਅਸੀਂ ਸਮਝ ਨਹੀਂ ਰਹੇ। ਸੋ ਇਹ ਸ਼ਬਦ ਐਸਾ ਅਰਬ ਕੁਦਰਤੀ ਹੋਇਆ ਹੈ ਅੱਜ ਪਹਿਲੇ ਦਿਨ, ਔਰ ਸਾਰਾ ਸ਼ਬਦ ਹੀ ਸਾਡੇ ਇਸ ਕਿਸਮ ਦੇ ਸਾਰੇ ਭੁਲੇਖਿਆਂ ਨੂੰ ਦੂਰ ਕਰੇਗਾ, ਸਾਨੂੰ ਬਿਲਕੁਲ ਸਪਸ਼ਟ ਅਤੇ ਜਾਗਤ ਰਾਹ ਵਿਖਾਏਗਾ ਜਿਹੜਾ ਸਾਨੂੰ ਕਿਤੋਂ ਨਹੀਂ ਮਿਲ ਸਕਦਾ। ਕੋਸ਼ਿਸ਼ ਕਰੀਏ ਅਸੀਂ ਇਸ ਸ਼ਬਦ ਨੂੰ ਲੜੀਵਾਰ ਹੋਣ ਦੇ ਬਾਵਜੂਦ, ਕਿਉਂਕਿ ਇੱਕ ਦਿਨ ਵਿੱਚ ਪੂਰਾ ਹੋਣ ਵਾਲਾ ਨਹੀਂ, ਇਹਦੇ ਵੀ ਆਪਾਂ 3-4 ਹਿੱਸੇ ਕਰਨੇ ਪੈਣੇ ਨੇ, ਤਾਂ ਇਸ ਨੂੰ ਅਸੀਂ ਲੜੀਵਾਰ ਜੋੜ ਕੇ ਇਹਨੂੰ ਅੱਛੀ ਤਰ੍ਹਾਂ ਜੀਵਨ ਦਾ ਮਕਸਦ ਬਣਾਈਏ। ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੁੱਕਾ, ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।